ਸਲੋ ਮਹਲਾ ਪੰਜਵਾਂ ਨਰਕ ਘੋਰ ਬਹੁ ਦੁਖ ਕਣੇ ਅਕਰਤ ਕਹਾ ਕਾ ਥਾਨ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੈਂ ਹਰਾਮ ਮਹਿਲਾ ਪੰਜਵਾਂ ਅਬ ਖੰਦ ਸਭੇ ਕੀਤੇ ਹਨ ਨਿੰਦ ਕਾ दारू ਨਹੀਂ ਆਪ ਪੁਰਾ ਹੈ ਨਾਨਕਾ ਪਤ ਪਤ ਜੋਨੀ ਪਾਹੇ ਪਉੜੀ ਮਹਿਲਾ ਪੰਜਵਾਂ ਤੁਸ ਜਿਤਾ ਪੁਰੇ ਸਤਿਗੁਰੂ ਹਰ ਤਨ ਸੱਚ ਖੁੱਟ ਸਭਿਆਂ ਦੇ ਸੇ ਮਿਟ ਗਏ ਜਮ ਕਾ ਭੋ ਛੁੱਟ ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ ਵਿਣ ਸੱਚੇ ਦੂਜਾ ਸੇਮ ਦੇ ਹੋਏ ਮਰਸਨ ਬੁੱਟ ਨਾਨਕ ਕੋ ਗੁਰ ਬਖਸ਼ਿਆ ਨਾਮੈ ਸੰਗ ਜੁਟ ਸ਼ਲੋਕ ਮਹਲਾ 4 ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰਹਿ ਜਜ ਮਾਰਿਆ ਅਗੋਂ ਦੇ ਸੱਦਿਆਂ ਸਤੈ ਦੀ ਬਿਖਿਆਲੇ ਨਹੀਂ ਬਿਛੁੰਦੇ ਬਚਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੇ ਤੱਪਾ ਲੋਭ ਲੈ ਰਹਿ ਗਾਲਿਆ ਜਿੱਥੇ ਥੋੜਾ ਧਨ ਵੇਖੈ ਥਿੱਥੇ ਤਪਾ ਬਿਟੈ ਨਹੀਂ ਧਨ ਬਹੁਤੇ ਢਿੱਠੈ ਤਪੈ ਧਰਮ ਹਾਰਿਆ ਭਾਈ ਇਹ ਤਪਨੋ ਹੋਵੀ ਬਗੁਲਾ ਹੈ ਬੈਸਾਰ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤਤ ਵਿਚ ਹੋਵੇ ਏਤ ਦੁਖ ਹੈ ਤਪਾ ਦੇ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤੱਪੇ ਨੂੰ ਫਰ ਲੱਗਾ ਸਭ ਗਿਆ ਤੱਪੇ ਕਾ ਕਹ ਲਿਆ ਬਾਹਰ ਬਹਿ ਪੰਚਾਂ ਵਿੱਚ ਤਪੱਸਦਾਏ ਅੰਦਰ ਬਹਿ ਤੱਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ ਧਨ ਮਲਾਏ ਜਮ ਕੰਕਰਾਂ ਨੂੰ ਆਗ ਛੱਡਿਆ ਇਸ ਤੱਪੇ ਨੂੰਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਤਿਆਰਿਆ ਫਿਰ ਇਸ ਤੱਪੇ ਦਾ ਮੂੰਹ ਕੋਈ ਲੱਗੋ ਨਾਹੀਂ ਇਹ ਸਤਗੁਰ ਹੈ ਫਟਕਾਰਿਆ ਹਰ ਕੈ ਦਰ ਵਰਤਿਆ ਸੁਨਾਨਕ ਆਗ ਸੁਣਾਇਆ ਸੋ ਬੁਜੈ ਜੋ ਦਈ ਸਵਾਰਿਆ ਮਹਿਲਾ ਚੌਥਾ ਹਰ ਭਗਤਾਂ ਹਰਿਆ ਰਾਜਿਆ ਹਰ ਕੀ ਵਢਾਈ ਹਰ ਕੀਰਤਨ ਭਗਤ ਨਿਤ ਗਾਮnde ਹਰ ਨਾਮ ਸੁਖੁदाई ਹਰ ਭਗਤਾਂ ਨੂੰ ਨਿਤ ਨਾਮੈ ਦੀ ਵਢਾਈ ਬਖਸ਼ਿਆਂ ਨਿਤ ਚੜੈ ਸਵਾਈ ਹਰ ਭਗਤਾ ਨੂੰ ਥਿਰ ਘਰੀ ਬਹਾਲੇ ਹਨ ਆਪਣੀ ਪੈਜ ਰਖਾਈ ਨਿੰਦ ਕੋਂ ਪਸੋਂ ਹਰ ਲਿਖਾ ਮੰਗਸੀ ਬਉਦੇ ਸਜਾਈ ਜੇ ਹਾ ਨਿੰਦਕ ਆਪਣ ਜੀਖ ਮੰਮਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੇ ਪਾਵੇਂ ਕੋਈ ਮੈ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਢਾਈ ਪੌੜੀ ਮੈ ਨਾ ਪੰਜਵਾ ਭਗਤ ਜਨਕਾਰਾਖਾ ਹਰ ਆਪ ਹੈ ਕਿਆ ਭਾਪੀ ਕਰੀਏ ਗੁਮਾਨ ਕਰੇ ਮੂੜ ਗਮਾਨੀਆਂ ਵਿਸਖਾਦੀ ਮਰੀਏ ਆਏ ਲੱਗੇ ਨਹੀਂ ਦੇ ਥੋੜ੍ਹੜੇ ਜੋ ਪੱਕਾ ਖੇਤ ਲੁਣੀ ਐ ਜੇਹੇ ਕਰਮ ਕਮਾਂ ਦੇ ਤੇਵੇ ਹੋ ਪਣੀ ਐ ਗਨ ਨਾਨਕ ਕਾ ਖਸਮ ਵੱਡਾ ਹੈ ਸਬਨਾ ਦਾ ਧਨੀ ਐ ਗੁਰੂ ਸਵਾਰੀ ਸਾਧ ਸੰਗਤ ਜੀਓ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਫਰਮਾਉਂਦੇ ਹਾਂ ਕਿ ਜਿਹੜੇ ਬੰਦੇ ਅਕਿਰਤ ਕਰਨ ਹ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿਰਤ ਕਰਨ ਕਿਸ ਨੂੰ ਕਹਿੰਦੇ ਜਿਹੜੇ ਕਿਸੇ ਦੇ ਕੀਤੇ ਹੋਏ ਨੂੰ ਨਹੀਂ ਜਾਣਦੇ ਉਹਨਾਂ ਨੂੰ ਅਕਿਰਤ ਕਰਨ ਕਿਹਾ ਜਾਂਦਾ ਜਿਹੜੇ ਬੰਦੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਲੈ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਸ਼ੁਕਰਾਨਾ ਨਹੀਂ ਕਰਦੇ ਉਹ ਅਕਰਤ ਕਰਨ ਸਭ ਤੋਂ ਵੱਡਾ ਪਾਪੀ ਅਕਰਤ ਕਰਨ ਨੂੰ ਕਿਹਾ ਗਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਿਸ਼ੇਸ਼ ਪਉੜੀ ਲਿਖੀ ਕਿ ਮਦ ਵਿੱਚ ਰੰਦਾ ਪਾਏ ਕਿ ਕੁੱਤੇ ਦਾ ਮਾਸ ਦਰਿਆ ਮਨੁਸ ਖੋਪਰੀ ਕਰ ਮੰਦੀਵਾਸ ਰਤੂ ਸੰਦਾ ਕਪੜਾ ਰਤੂ ਪਿੱਜਾ ਕਪੜਾ ਕਰ ਕੱਜਣ ਦਾਸ ਟਕਲੇ ਚੱਲੀ ਚੂੜੀ ਕਰ ਭੋਗ ਵਿਲਾਸ ਕਿਸੇ ਨੇ ਪੁੱਛ ਰਿਆ ਇਹਦੇ ਵਿੱਚ ਕੀ ਹੈ ਉਹਨੇ ਦੱਸਿਆ ਆਹ ਖੋਜ ਇਹਨੂੰ ਢੱਕ ਕੇ ਕਿਉਂ ਲਈ ਜਾਨੀ ਕੰਨੀ ਨਜ਼ਰ ਪਵੇ ਮਤ ਅਕਿਰਤ ਕਰਨ ਕਿਦਨੇ ਅਕਿਰਤ ਕਰਨ ਦੀ ਨਜ਼ਰ ਨਾ ਪੈ ਜਾ ਇਹਦਾ ਮਤਲਬ ਕੁੱਤੇ ਦੇ ਮਾਸ ਨਾਲੋਂ ਸ਼ਰਾਬ ਵਿੱਚ ਰਿਨੇ ਹੋਏ ਨਾਲੋਂ ਮਨੁੱਖ ਦੀ ਖੋਪੜੀ ਵਿੱਚ ਲੈ ਕੇ ਜਾ ਰਹੀ ਹੈ ਔਰ ਲਹੂ ਤੇ ਜੇ ਕੱਪੜੇ ਨਾਲ ਉਹਨੂੰ ਕੱਜਿਆ ਹੋਇਆ ਅਕਿਰਤ ਕਰਨ ਦੀ ਨਜ਼ਰ ਇੰਨੀ ਮਾੜੀ ਹੈ ਤੋ ਬਹੁਤੀ ਵਿਆਖਿਆ ਨਾ ਕਰਦੇ ਅਸੀਂ ਗੱਲ ਸਮਝੀ ਕਿ ਸਾਨੂੰ ਕਦੇ ਵੀ ਕਿਸੇ ਦਾ ਕੀਤਾ ਪੁਰਾਣਾ ਨਹੀਂ ਚਾਹੀਦਾ ਤੇ ਜਿਹੜਾ ਪਰਮਾਤਮਾ ਸਾਡੇ ਨਾਲ ਇੰਨੀਆਂ ਭਲਾਈਆਂ ਚੰਗੀਆਂ ਕਰਦਾ ਉਹਨੂੰ ਤੇ ਕਦੇ ਵੀ ਨਹੀਂ ਪੁਰਨਾ ਚਾਹੀਦਾ ਮਹਾਰਾਜ ਗੁਰੂ ਅਰਜੁਨ ਦੇਵ ਜੀ ਸਾਨੂੰ ਸਾਵਧਾਨ ਕਰਦੇ ਨਰਕ ਘੋਰ ਬਹੁਤ ਦੁੱਖ ਘਣੇ ਅਕਿਰਤ ਕੰਨਾ ਕਾ ਥਾਨ ਜਿਹੜੇ ਕਿਸੇ ਦੀ ਕੀਤੀ ਹੋਈ ਨਹੀਂ ਜਾਣਦੇ ਉਹ ਪ੍ਰਭੂ ਵਰਨੋ ਮਾਰੇ ਹੋਏ ਹੁੰਦੇ ਹਨ ਔਰ ਉਹਨਾਂ ਵਾਸਤੇ ਬਹੁਤ ਬਹਰੇ ਦੁੱਖ ਰੂਪ ਕੋ ਨਰਕ ਉਹਨਾਂ ਦਾ ਟਿਕਾਣਾ ਨਰਕ ਕੋ ਹੋਰ ਬਹੁਤ ਦੁੱਖ ਘਨੇ ਅਕਿਰਤ ਕੰਨਾ ਕਾ ਥਾਨ ਤិន ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਨਾਨਕ ਜੀ ਫਰਮਾਉਂਦੇ ਹਮ ਇਹੋ ਜਿਹੇ ਕਿਰਤ ਕਾਣਾ ਨੂੰ ਤិន ਪ੍ਰਭ ਮਾਰੇ ਨਾਨਕ ਦੇਖੋ ਤਿੰਨ ਦੇ ਨਨੇ ਨੂੰ ਸਿਆਰੀ ਹੈ ਪ੍ਰਭ ਦੇ ਭੱਬੇ ਨੂੰ ਸਿਆਰੀ ਬਾਹਰੋਂ ਬਾਹਰਿ ਸ੍ਰੀ ਚੇਤੇ ਕਰਾਇਆ ਜਾਂਦਾ ਹੈ ਕਿ ਪ੍ਰਭ ਭੱਬੇ ਨੂੰ ਔਕੜ ਨਾਲ ਵੀ ਹੁੰਦਾ ਹੈ ਪ੍ਰਭ ਭੱਬਾ ਮੁਕਤਾ ਵੀ ਹੁੰਦਾ ਪ੍ਰਭ ਦੇ ਭੱਬੇ ਨੂੰ ਸਿਆਰੀ ਵੀ ਹੈ ਉਚਾਰਨ ਤਿੰਨੇ ਥਾਈ ਆਪਾਂ ਪ੍ਰਭ ਕਰਦੇ ਹਾਂ ਪਰ ਜਿਹੜਾ ਪ੍ਰਭ ਭੱਬੇ ਨੂੰ ਔਂਕੜ ਵਾਲਾ ਉਹ ਨਾਉਨ ਪਿੰਗ ਇੱਕ ਵਚਨ ਹੈ ਜਿਹੜਾ ਪ੍ਰਭ ਭੱਬਾ ਮੁਕਤ ਹੈ ਉਹ ਪ੍ਰਭ ਸੰਬੋਧਨ ਹੈ ਹੈ ਪ੍ਰਭ ਤੇ ਜਿੱਥੇ ਪ੍ਰਭ ਦੇ ਭੱਬੇ ਨੂੰ ਸਿਆਰੀ ਲੱਗ ਗਈ ਇਹਦਾ ਮਤਲਬ ਪ੍ਰਭ ਨੇ ਇਹੋ ਜਿਹੇ ਅਕਿਰਤ ਕੰਮਾਂ ਨੂੰ ਮਾਰ ਦਿੱਤਾ ਹੈ ਪਾਉ ਪਾਗੁਰੂ ਵੱਲੋਂ ਫਟਕਾਰੇ ਹੋਏ ਹਨ ਔਰ ਹੋਏ ਹੋਏ ਮਏ ਹਰਾਮ ਉਹ ਆਪਣੀ ਇਸ ਕਰਤੂਤ ਕਰਕੇ ਹਰਾਮ ਹੁੰਦੇ ਦੁਖੀ ਹੁੰਦੇ ਤੇ ਮਰਦੇ ਹਨ ਹਰਾਮ ਹੋਣ ਦਾ ਮਤਲਬ ਉਹ ਬੜੇ ਖੁਆਰ ਹੋ ਹੋ ਕੇ ਮਰਦੇ ਹਨ ਮਹਿਲਾ ਪੰਜਵਾਂ ਅਬ ਕਨਸਬੇ ਕੀਤੇ ਹਨ ਨਿੰਦਕਾ ਦਰੂ ਨਾਹੀਂ ਆਪਰਾਏ ਨਨ ਕਾ ਪਚ ਪਚ ਜੁਨੀ ਪਾਏ ਤਨ ਗੁਰੂ ਅਰਜੁਨ ਦੇ ਪਾਤਸ਼ਾਹ ਫਰਮਾਂਦੇ ਨੇ ਉਸ ਵਾਹਿਗੁਰੂ ਨੇ ਸਾਰੇ ਰੋਗਾਂ ਦੇ ਦਾਰੂ ਬਣਾਏ ਹਨ ਜੁਨੀਆ ਬਿਮਾਰੀਆਂ ਹਨ ਉਹਨਾਂ ਦਾ ਕੋਈ ਨਾ ਕੋਈ ਇਲਾਜ ਹੈ ਪਰ ਜਿਹੜਾ ਨਿੰਦਾ ਕਰਨ ਵਾਲਾ ਹੈ ਉਹਦਾ ਕੋਈ ਦਾਰੂ ਨਹੀਂ ਕਿਉਂਕਿ ਉਸ ਨੂੰ ਨਿੰਦਾ ਕਰਨ ਦਾ ਐਸਾ ਚਸਕਾ ਪੈ ਜਾਂਦਾ ਕਿ ਉਹ ਰਹਿ ਨਹੀਂ ਸਕਦਾ ਅਕਸਰ ਦੇਖੀਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਇਹ ਚਸਕਾ ਹੋਵੇ ਉਹ ਫਿਰ ਬੜਾ ਸਵਾਦ ਲੈਂਦੇ ਨੇ ਉਹ ਪੁੱਛ ਪੁੱਛ ਕੇ ਖੋਜ ਖੋਜ ਕੇ ਗੱਲਾਂ ਕਰਦੇ ਨੇ ਫਿਰ ਉਹਨੇ ਕੀ ਕੀਤਾ ਫਿਰ ਕਿਵੇਂ ਕੀਤਾ ਬਾਬੂ ਉਹਨਾਂ ਨੂੰ ਨਿੰਦਾ ਕਰਨ ਦਾ ਐਸਾ ਜਸ ਬੈ ਜਾਂਦਾ ਜਿਸ ਕੱਲ ਉਹ ਹਟ ਨਹੀਂ ਸਕਦਾ ਇਹ ਲਾ ਇਲਾਜ ਬਿਮਾਰੀ ਚੰਮੜ ਜਾਂਦੀ ਉਹਨਾਂ ਨੂੰ ਭਾਵੇਂ ਗੁਰਬਾਣੀ ਗੁਰੂ ਜੀ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਗਦ ਕਰਨ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਵਨ ਤੋ ਪਾਤਸ਼ਾਹ ਕੰਨੇ ਅਬ ਖਦ ਸਬੇ ਕੀਤੇ ਹਨ ਨੰਦਕਾ ਧਾਰੂ ਨਹੀਂ ਆਪ ਬੁਲਾਏ ਨਾਨਕਾ ਪਤ ਪਤ ਜੂਨੀ ਪਾਹੇ ਨਾਨਕ ਜੀ ਫਰਮਾਉਂਦੇ ਨੇ ਉਸ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਬੁਲਾਇਆ ਖੁੰਝਾ ਹਜ਼ਰਤ ਗਲਤ ਰਸਤੇ ਪਾਦ ਇਸ ਨੂੰ ਦਾ ਇਲਾਜ ਵੀ ਕੋਈ ਨਹੀਂ ਕਰ ਸਕਦਾ ਤੇ ਨਤੀਜਾ ਕੀ ਨਿਕਲਦਾ ਉਹ ਨਿੰਦਾ ਕਰ ਕਰਕੇ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਪੱਤ ਪੱਤ ਜੋਨੀ ਪਾਏ ਤੋਂ ਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਪੜ੍ਹ ਕੇ ਵਿਚਾਰ ਕੇ ਸਾਨੂੰ ਇਸ ਤੋਂ ਸਿੱਖਿਆ ਮਿਲਦੀ ਭਾਈ ਸਦਾ ਹੀ ਨਿੰਦਿਆ ਤੋਂ ਬਚੋ ਜਿਨ੍ਹਾਂ ਮਹਾਂਪੁਰਖਾਂ ਨੂੰ ਸਮਝ ਆ ਗਈ ਉਹਨਾਂ ਨੇ ਤੇ ਇੱਥੇ ਤੱਕ ਕਿਹਾ ਨਿੰਦੋ ਨਿੰਦੋ ਮੌਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਤੁਸੀਂ ਆਖੋਗੇ ਇੱਕ ਪਾਸੇ ਕਹਿੰਦੇ ਨਿੰਦਾ ਕਰਨ ਵਾਲਾ ਮਾੜਾ ਇੱਕ ਪਾਸੇ ਭਗਤ ਜੀ ਕਹਿ ਰਹੇ ਨੇ ਮੈਨੂੰ ਨਿੰਦੋ ਇਹਦੇ ਪਿੱਛੇ ਵੀ ਰਾਜ਼ ਹੈ ਅਕਾਂ ਨਿੰਦਕ ਸਾਡੀ ਗੰਦਗੀ ਧੋ ਰਿਆ ਨਿੰਦਾ ਕਰੇ ਤੋ ਹਮਰਾ ਮੀਤ ਨਿੰਦ ਕਮਾਏ ਹਮਾਰਾ ਚੀਤ ਨਿੰਦਾ ਸੋਜ ਨਿੰਦਾ ਹੋ ਰੈ ਹਮਰਾ ਜੀਵਨ ਨਿੰਦ ਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਦਾ ਤੇਰ ਨਿਚੋੜ ਕੀ ਕੱਢੇ जनकबीर को निंदा सार निंदक डूबा हम उतरे पार जेड़ा निंदिया करने वाला वो एक तरह नाल ਦੂਜਿਆਂ ਦਾ ਭਾਰ ਆਪਣੇ ਸਿਰ ਤੇ ਚੁਕਦਾ ਤੂੰ ਸਿਖਿਆ ਦੇਣ ਦਾ ਇੱਕ ਤਰੀਕਾ ਹੈ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ ਅਬ ਖਦ ਸਬੇ ਕੀਤੇ ਹਨ ਸਭਨਾ ਬਿਮਾਰੀਆਂ ਦਾ ਦਵਾਦਾਰੂ ਹੈ ਨਿੰਦਕ ਦਾ दारू ਨਹੀਂ ਨਿੰਦਕ ਦਾ ਕੋਈ दारू ਨਹੀਂ ਉਹਨੂੰ ਐਸਾ ਚਸਕਾ ਪੈ ਜਾਂਦਾ ਹੈ ਲੱਖ ਵਾਰੀ ਉਹਨੂੰ ਰੋਕੋ ਸਮਝਾਓ ਉਹ ਨਿੰਦਿਆ ਹੀ ਕਰੇ ਕਿਉਂਕਿ ਆਪ ਰਾਹੇ ਨਾਨਕਾ ਨਾਨਕ ਜੀ ਫਰਮਾਉਂਦੇ ਨੇ ਵਾਗਰੂ ਨੇ ਆਪ ਉਹਨਾਂ ਨੂੰ ਖੁੰਝਾ ਦਿੱਤਾ ਉਹਨਾਂ ਨੂੰ ਭੁੱਲਣਾ ਪਾ ਦਿੱਤੀ ਹੈ ਉਹ ਰਹਿ ਨਹੀਂ ਸਕਦੇ ਨਿੰਦਿਆ ਕਰ ਤੇ ਪਤ ਪਤ ਜੁਨੀ ਪਾਹੇ ਔਰ ਨਿੰਦਾ ਕਰਨ ਦੀ ਵਾਦੀ ਦੇ ਨਾਲ ਉਹ ਫਿਰ ਜੁਨੀਆਂ ਦੇ ਚੱਕਰ ਵਿੱਚ ਪਚਦੇ ਹਨ ਦੁਖੀ ਹੁੰਦੇ ਪੌੜੀ ਮਹਲਾ ਪੰਜਵਾਂ ਇਹ ਪੰਜਵੇਂ ਪਾਤਸ਼ਾਹ ਜੀ ਉਚਾਰਨ ਕੀਤੀ ਹੋਈ ਪੌੜੀ ਤੁਸ ਜਿਤਾ ਪੂਰੇ ਸਤਿਗੁਰੂ ਹਰ ਤਨ ਸੱਚੇ ਖੁੱਟ ਅਕਲਵਟ ਭਾਗੀ ਪੁਰਸ਼ ਉਹ ਹਨ ਜਿਨ੍ਹਾਂ ਨੂੰ ਗੁਰੂ ਨੇ ਟੁੱਟ ਕੇ ਤੁਸ ਤੁਸਤਾਂ ਮਨਿ ਟੁੱਟ ਕੇ ਦਇਆਵਾਨ ਹੋ ਕੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਰੂਪੀ ਤਨ ਦਿੱਤਾ ਤੁਸ ਜਿੱਤਾ ਪੂਰੇ ਸਤਗੁਰੂ ਹੁਣ ਪੂਰੇ ਦੇ ਰਾਰੇ ਨੂੰ ਦੋ 라ਮਾ ਪੂਰੇ ਸਤਗੁਰੂ ਪੂਰੇ ਸਤਗੁਰੂ ਨੇ ਜਿਨ੍ਹਾਂ ਨੂੰ ਟੁੱਟ ਕੇ ਹਰ ਤਨੁ ਸਚੁ ਖੁਟੁ ਪਰਮਾਤਮਾ ਦਾ ਨਾਮ ਰੂਪੀ ਤਨ ਦਿੱਤਾ ਜਿਹੜਾ ਸਦਾ ਸਚ ਹੈ ਅਤੇ ਖੁਟ ਕਦੇ ਮੁਕਣ ਵਾਲਾ ਨਹੀਂ ਇਸ ਦੀ ਬਾਣੀ ਵਿੱਚ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ ਕਾਚਾ ধন ਸੰਚੈ ਮੂਰ ਗਵਾਰ ਮਨੁ ਮੁਕ ਭੂਲੇ ਅੰਧ ਗਵਾਰ ਪਰ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਪੁਨ ਆਵੇ ਜਾਏ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਭਾਵ ਜਿਹੜੇ ਗੁਰੂ ਦਾ ਉਪਦੇਸ਼ ਸੁਣ ਕੇ ਚੰਗੇ ਰਾਹ ਤੁਰ ਪੈਂਦੇ ਉਹਨਾਂ ਨੂੰ ਫਿਰ ਪਰਮਾਤਮਾ ਦਾ ਨਾਮ ਰੂਪੀ ਧਨ ਸੱਚਾ ਜੋ ਅਖੋਟ ਹੈ ਮਿਲ ਜਾਂਦਾ ਇਹ ਧਨ ਅਖੋਟ ਨਨ ਖੁੱਟੈ ਨਾ ਜਾਏ ਪੂਰਾ ਸਤਗੁਰ ਦੀ ਆ ਦਿਖਾਏ ਆਪਣੇ ਸਤਿਗੁਰੂ ਕੋ ਸਤਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਤੁਸ ਦਿੱਤਾ ਪੂਰ ਸਤਿਗੁਰੂ ਹਰ ਤਨੁ ਸੱਚ ਖੁੱਟ ਸਾਬਿਆਂ ਦੇ ਸੇ ਮਿਟ ਗਏ ਜਮ ਕਾ ਬਹੁ ਛੁੱਟ ਆਖਿਆ ਜਿਨ੍ਹਾਂ ਨੂੰ ਨਾਮ ਰੂਪੀ ਧਨ ਮਿਲ ਜਾਂਦਾ ਉਹਨਾਂ ਦੇ ਸਾਰੇ ਅੰਦੇਸ਼ੇ ਸ਼ੰਕੇ ਸਹਿਮ ਡਰ ਦੂਰ ਹੋ ਜਾਂਦਾ ਉਹਰ ਕਿਸੇ ਤਰ੍ਹਾਂ ਦੇ ਪੈ ਥੱਲੇ ਨਹੀਂ ਇਸੇ ਲਈ ਤਾਂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਭਾਈ ਜੇ ਤੁਹਾਨੂੰ ਸਦੀਵੀ ਸੁੱਖ ਚਾਹੀਦਾ ਤੇ ਫਿਰ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਓ ਰਖਾ ਇੱਕ ਹਮਾਰਾ ਸwami ਸ਼ਗਲ ਘਟਾ ਕਾਇੰਤ ਜਾਮੀ ਊਟ ਤੋ ਸੁਖੀਆ ਬੈਠ ਤੋ ਸੁਖੀਆ ਬਹੁ ਨਹੀਂ ਲੱਗੇ ਜਾਂ ਐਸੇ ਬੁਝੀਆਂ ਬਸ ਜਿਲੀ ਪ੍ਰਮਾਤਮਾ ਦਾ ਸੰਗ ਪ੍ਰਾਪਤ ਕਰ ਲੈਣਗੇ ਸੋਏ ਚਿੰਤਾ ਜਾਗੇ ਚਿੰਤਾ ਜਹਾਂ ਕਾਹ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਧ੍ਰਿੜਾਇਆ ਸਭ ਅੰਧੇ ਸੇ ਮਿਟ ਗਏ ਜਮ ਦਾ ਬਹੁਤ ਛੋਟਾ ਉਹਨਾਂ ਨੂੰ ਜਮਾਂ ਦਾ ਡਰ ਵੀ ਨਹੀਂ ਪੁੰਦਾ ਉੱਤੇ ਜਮ ਨੂੰ ਵੀ ਚੈਨੂ ਕਰ ਦਿੰਦੇ ਨੇ ਜਮ ਸਾਡਾ ਕੀ ਵਿਗਾੜ ਸਕਦਾ ਪੁੱਛੋ ਭਗਤ ਕਬੀਰ ਜੀ ਨੂੰ ਕਹਿੰਦੇ ਮੈਂ ਤੇ ਜਿਸਤ ਦਾ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ ਮੈਨੂੰ ਹੁਣ ਜਮਾਂ ਦਾ ਡਰ ਵੀ ਨਹੀਂ ਕਿਉਂਕਿ ਜਿਨ ਇਹ ਜਮਾਂ ਆ ਸਰ ਗਿਆ ਸੋ ਜਪਿਆ ਪਰਵਦ ਘਰ ਮੈਂ ਤੇ ਹੁਣ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਜਿਨੇ ਜਮ ਬਣਾਇਆ ਤੇ ਜਦੋਂ ਉਹ ਮੇਰੇ ਵੱਲ ਹੈ ਤੇ ਜਮ ਮੇਰੇ ਵੱਲ ਕਿਵੇਂ ਝੱਕ ਸਕਦਾ ਗੁਰਬਾਣੀ ਵਿੱਚ ਗਰੰਟੀ ਦਿੱਤੀ ਪਾਤਸ਼ਾਹ ਨੇ ਸਨ ਆਖਿਆ ਧਰਮ ਰਾਜੇ ਨੇ ਆਪਣੇ ਦੂਤਾਂ ਨੂੰ ਕਹਿ ਰੱਖਿਆ ਜਾਂ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਂ ਨਾ ਤੂੰ ਨਾ ਛਟੇ ਨਿਕਟ ਨਾ ਜਾਈਓ ਦੂਤ ਉਹ ਮੇਰੇ ਦੂਤੋ ਕੰਨ ਖੋਲ ਕੇ ਸੁਣ ਲਓ ਜਿੱਥੇ ਪ੍ਰਮਾਤਮਾ ਦੇ ਭਗਤ ਬੈਠੇ ਹੋਣ ਜਿੱਥੇ ਪ੍ਰਮਾਤਮਾ ਦੀ ਕੀਰਤੀ ਹੋ ਰਹੀ ਹੋਵੇ ਉੱਥੇ ਭੁੱਲ ਕੇ ਨਾ ਜਾਇਓ ਜੇ ਤੁਸੀਂ ਜਾਣ ਦੀ ਗਲਤੀ ਕੀਤੀ ਨਾ ਤੁਸੀਂ ਨਾ ਮੈਂ ਛੁਟਕਾਰਾ ਨਹੀਂ ਹੋਣ ਇਸ ਤਰ੍ਹਾਂ ਗੁਰੂ ਸਾਨੂੰ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਨੇ ਕਹਿੰਦੇ ਜਿਹੜੇ ਭਾਗਸ਼ਾਲੀ ਮਨੁੱਖ ਗੁਰੂ ਦੀ ਇਹ ਸਿੱਖਿਆ ਨੂੰ ਮੰਨ ਲੈਂਦੇ ਨੇ ਤੋ ਸਦਿਤਾ ਪੂਰੇ ਸਤਿਗੁਰੂ ਹਰ ਧਨੁ ਸత్య ਖੁੱਟ ਹੁਣ ਇਹ ਧਨ ਕੋਈ ਐਸੀ ਚੀਜ਼ ਨਹੀਂ ਜਿਹੜੀ ਕਿ ਜੇਬ ਵਿੱਚ ਪਾ ਲਈਏ ਨਹੀਂ ਇੱਥੇ ਹੈ ਨਾਮ ਜਪਣ ਦੀ ਗੱਲ ਆਪਣਾ ਸਵੇਰੇ ਉઠੋ ਈਸ਼ਾਨਾਮ ਕਰੋ ਵਾ ਗੁਰੂ ਦਾ ਸਿਮਨ ਕਰੋ ਨਿਤਨੇਮ ਕਰੋ ਸਾਰਾ ਦਿਨ ਚੰਗੇ ਕੰਮ ਕਰੋ ਤੇ ਗੁਰੂ ਪਰਮੇਸ਼ਰ ਦੇ ਡਰ ਵਿੱਚ ਰਹੋ ਕਦੇ ਕਿਸੇ ਦਾ ਮਾੜਾ ਨਾ ਤਕੋ ਬਸ ਸਭ ਅੰਦੇ ਤੇ ਮਿਟ ਗਏ ਜਮ ਕਾ ਪੋ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਆਖਰ ਜਿਹੜੇ ਫਿਰ ਗੁਰਮੁਖਾਂ ਦੀ ਸੰਗਤ ਕਰਦੇ ਉਹਨਾਂ ਦੇ ਅੰਦਰੋਂ ਆਪੇ ਹੀ ਸਹਿਜੇ ਸਹਿਜੇ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੁਰਾਈਆਂ ਨੇ ਇਹ ਟੁੱਟ ਖਤਮ ਹੋ ਜਾਂਦੀ। ਭਾਵ ਇਹਨਾਂ ਵੱਲ ਉਹਨਾਂ ਦਾ ਮਨ ਨਹੀਂ ਜਾਂਦਾ। ਉਹਨਾਂ ਦੇ ਅੰਦਰੋਂ ਇਹ ਬੁਰਾਈਆਂ ਘਟ ਜਾਂਦੀਆਂ ਨੇ ਖਤਮ ਹੋ ਜਾਂਦੀਆਂ। ਇਸੇ ਲਈ ਗੁਰੂ ਰਾਮਦਾਸ ਜੀ ਨੇ ਕਿਹਾ ਨਾ ਕਾਮ ਕ੍ਰੋਧ ਨਗਰਪ ਭਰੇਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖ ਦੇ ਕਿਰਪਾਯਾ ਮਨ ਹਰ ਲੈ ਮੰਡ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕੰਡ ਨੋਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਦਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੇ ਚੁਬੈ ਦੁਖ ਪਾਵੇਂ ਜਮ ਕਾਲ ਸਹਿ ਤੇਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਹਰ ਵੇਲੇ ਅਰਦਾਸ ਕਰੋ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਲੱਖ ਲੱਖ ਬੜ ਵੱਡਾ ਹੈ ਜਨ ਨਾਨਕ ਨਾਮ ਹੈ ਆਧਾਰ ਟੇਕ ਹੈ ਹਰ ਨੰਮੇ ਸੁਖ ਮੰਡਾਏ ਤੁਸ ਦਿੱਤਾ ਪੂਰ ਸਤਿਗੁਰੂ ਹਰ ਧਨ ਸੱਚੇ ਖੋਟ ਸਭ ਅੰਧੇ ਤੇ ਮਿਟ ਗਏ ਜਮ ਕਾ ਪਉ ਛੁੱਟ ਕਾਮ ਕ੍ਰੋਧ ਬੁਰੇ ਹਈਆਂ ਸੰਸਾਰੂ ਟੁੱਟ ਮੇਨ ਸੱਚੇ ਦੂਜਾ ਸੇਮ ਦੇ ਹੋਏ ਮਨਸਨ ਬੁੱਟ ਆਖਾ ਜਿਹੜੇ ਭਾਗਹੀਣ ਬੰਦੇ ਉਸ ਪਰਮਾਤਮਾ ਦਾ ਪੱਲਾ ਛੱਡ ਕੇ ਦੂਜਾ ਜਨਮ ਹੋਰ ਹੋਰ ਪਾਸੇ ਤੁਰੇ ਫਿਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਰੋਜ਼ ਸਾਨੂੰ ਸੁਈਆਂ ਵਿੱਚ ਤਾੜਨਾ ਕੀ ਜਾਣਕਾਰੀ ਦਿੱਤੀ ਆਖੜ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰਿਆਵਾਦੀ ਦੀ ਸ਼ਾਮੇ ਕਾਹੂ ਪਛਾਹ ਗੁਸਤੀ ਚ ਨਭਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਵਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ ਇਹ ਜਿਹੜਾ ਬੁੱਟ ਸ਼ਬਦ ਹੈ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨੇ ਲਿਖਿਆ ਕਿ ਬੁੱਟ ਵੋਟ ਨੂੰ ਕਹਿੰਦੇ ਨੇ ਜਿਹੜਾ ਵੋਟ ਪੰਛੀ ਦਾ ਬੱਚਾ ਛੋਟਾ ਜਿਹਦੀਆਂ ਅੱਖਾਂ ਵੀ ਨਾ ਖੁੱਲੀਆਂ ਹੋਣ ਤੇ ਆਲਣੇ ਵਿੱਚੋਂ ਡਿੱਗ ਪਵੇ ਨਾ ਉੱਡ ਸਕਦਾ ਨਾ ਦੇਖ ਸਕਦਾ ਸੱਚ ਮੁੱਚ ਇਹੋ ਜਿਹੇ ਬੰਦੇ ਬੁੱਟ ਹੋ ਕੇ ਮਰਦੇ ਨੇ ਨਿਆਸਰੇ ਹੋ ਕੇ ਮਰਦੇ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਵਣ ਸੱਚੇ ਦੂਜਾ ਸੇ ਹੁੰਦੇ ਹੋਏ ਮਰਸਨ ਬੁੱਟ ਨਾਨਕ ਕੋ ਗੁਰਬਖਸ਼ਿਆ ਨੰਮੈ ਸੰਗ ਜੁਟ ਨਾਨਕ ਜੀ ਫਰਮਾਉਂਦੇ ਨੇ ਨਾਨਕ ਕੋ ਇੱਥੇ ਨਾਨਕ ਤੇ ਰੁਕਣਾ ਨਹੀਂ ਕਿਉਂਕਿ ਨਿਯਮ ਮੁਤਾਬਕ ਜਦੋਂ ਨਾਨਕ ਦੇ ਨਾਲ ਕਾਕੇ ਕੀ ਕੋ ਕਹ ਆ ਜਾਏ ਫਿਰ ਨਾਨਕ ਤੇ ਰੁਕਣਾ ਨਹੀਂ ਨਾਨਕ ਕੋ ਗੁਰਬਖਸ਼ਿਆ ਹੁਣ ਇੱਥੇ ਗੁਰਦੇ ਰਾਰੇ ਨੂੰ ਸਿਆਰੀ ਅਖਿਆ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਬਖਸ਼ਿਸ਼ ਕੀਤਾ ਹੈ ਇਸ ਲਈ ਨਾਮੈ ਸੰਗ ਜੁਟ ਉਸ ਪ੍ਰਭੂ ਦੇ ਨਾਮ ਨਾਲ ਜੁਟਣਾ ਕਰ ਭਾਵ ਉਹਦੇ ਨਾਲ ਆਪਣਾ ਪਿਆਰ ਪਾਉਣਾ ਕਰ তথা ਮੈਂ ਉਸ ਪਰਮਾਤਮਾ ਦੇ ਨਾਮ ਵਿੱਚ ਜੁਟਿਆ ਰਹਿਣਾ ਹਰ ਵੇਲੇ ਉੱਠਦਿਆਂ ਪੈਂਦਿਆਂ ਸੌਂਦਿਆਂ ਜਾਗਦਿਆਂ ਮੈਂ ਉਸ ਪਰਮਾਤਮਾ ਨੂੰ ਚੇਤੇ ਕਰਦਾ ਤਾਂ ਸਾਧ ਸੰਗਤ ਇਹਨਾਂ ਸੇ ਲੋਕਾਂ ਤੇ ਪਉੜੀ ਅੰਦਰ ਗੁਰੂ ਪਾਤਸ਼ਾਹ ਜੀ ਨੇ ಅಪਾਰ ਬਖਸ਼ਿਸ਼ ਕਰਕੇ ਸਾਨੂੰ ਨਿੰਦਾ ਤੋਂ ਬਚਣ ਲਈ ਪਵਨੀ ਸੰਗਤ ਕਰਨ ਲਈ ਤੇ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਣਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ